ਚੜ੍ਹਦੇ ਪੰਜਾਬ ਦਾ ਸ਼ਹਿਰ ਹੈ ਆਬੋਖਰ ਤੇ ਲੈਂਦੇ ਪੰਜਾਬ ਦਾ ਮਿੰਚਨਾਬਾਦ ਦੋਵੇਂ ਤਹਿਸੀਲਾਂ ਨੇ ਇੱਕ ਫਾਜ਼ਿਲਕਾ ਬੰਗਲੇਡੀ ਤਹਿਸੀਲ ਹੈ ਤੇ ਦੂਜੀ ਦੂਜੀ ਬਹਾਵਲ ਨਗਰ ਜ਼ਿਲ੍ਹੇ ਦੀ ਇਨ੍ਹਾਂ ਸ਼ਹਿਰਾਂ ਦੇ ਆਪਸੀ ਤਾਲੁਕਾਤ ਵੀ ਰਹੇ ਨੇ ਦੇਸ਼ ਤਕਸੀਮ ਤੋਂ ਪਹਿਲਾਂ ਦੋਵੇਂ ਸ਼ਹਿਰਾਂ ਦੇ ਤਾਲੁਕਾਤ ਦੀਆਂ ਗੱਲਾਂ ਤਾਂ ਬਹੁਤ ਨੇ ਪਰ ਅੱਜ ਅੱਜ ਜਾਤ ਮਾਰਦੇ ਹਾਂ ਤਿੰਨ ਚਾਰ ਸਾਂਝੀਆਂ ਗੱਲਾਂ ਦੀ ਪਹਿਲਾ ਜਾਤ ਦੋਵੇਂ ਸ਼ਹਿਰਾਂ ਦੇ ਇਤਿਹਾਸ ਤੇ ਮਾਰ ਲਈਏ ਤਾਂ ਇਹਨਾਂ ਦੋਵੇਂ ਸ਼ਹਿਰਾਂ ਵਿੱਚੋਂ ਅਬੋਹਰ ਬਹੁਤ ਪੁਰਾਣਾ ਸ਼ਹਿਰ ਅਬੋਰ ਦਾ ਨਾਂ ਰਾਜਾ ਅਬੂ ਚਾਂਦਨੀ ਦੇ ਕਾਰਨ ਪਹਿਲਾ ਆਬੋ ਨਗਰੀਸੀ ਕਈ ਵਾਰ ਬਦਲਿਆ ਤੇ ਅੱਜਕੱਲ੍ਹ ਅੱਜਕੱਲ੍ਹ ਇਸ ਨੂੰ ਆਬੋਹਰ ਆਖਦੇ ਨੇ ਤੇ ਉਧਰ ਮਿੰਚਨਾਬਾਦ ਦਾ ਨਾ ਇਹ ਨਾ ਉਹਨਾਂ ਦੇ ਨਾਂ ਤੋਂ ਪਿਆ ਜਿਹੜੇ ਬਹਾਵਲਪੁਰ रियासत ਦੀ ਨਿਗਰਾਨੀ ਕਰਦੇ ਸਨ ਬਰਤਾਨੀਆਂ ਹਕੂਮਤ ਦੇ ਏਜੰਟ ਕਰਨਲ ਚਾਰਲਸ ਮਿੰਚਨ ਦੋਵੇਂ ਸ਼ਹਿਰਾਂ ਨੇ ਜ਼ਿਆਦਾਤਰ ਜਿਹੜੀ ਤਰੱਕੀ ਕੀਤੀ ਹੈ ਉਹ 19 ਸਦੀ ਦੇ ਅੱਧ ਤੋਂ ਬਾਅਦ ਕੀਤੀ ਸੀ ਅਬੌਰ ਨੇ ਵੀ ਤੇ ਮਿੰਚਨਾਬਾਦ ਨੇ ਵੀ ਦੇਸ਼ ਤਕਸੀਮ ਦੇ ਵਕਤ ਕਈ ਪਰਿਵਾਰ ਇਧਰੋਂ ਉਧਰ ਗਏ ਤੇ ਉਧਰੋਂ ਇਧਰ ਆ ਕੇ ਆਬਾਦ ਹੋਏ ਇਹੋ ਜਿਹੇ ਕਈ ਪਰਿਵਾਰ ਨੇ ਅਨੇਕਾਂ ਜਿਹੜੇ ਬਹਾਵਲ ਨਗਰ ਸਟੇਟ ਤੋਂ ਇਧਰ ਅਬੋਹਰ ਜਾ ਕਹਿ ਸਕਦੇ ਆ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਆ ਕੇ ਆਬਾਦ ਹੋਏ ਨੇ ਤੇ ਕਈ ਪਰਿਵਾਰ ਜ਼ਿਲ੍ਹਾ ਫਾਜ਼ਿਲਕਾ ਅਬੋਹਰ ਇੰਦਰੋਂ ਜਾ ਕੇ ਬਹਾਵਲਪੁਰ ਸਟੇਟ ਦੇ ਵਿੱਚ ਆਬਾਦ ਹੋਏ ਨੇ ਕਈ ਮਿੰਚਨਾਬਾਦ ਵਾਲੀ ਸਾਈਡ ਤੇ ਵੀ ਹੋਏ ਨੇ ਕਈ ਪਰਿਵਾਰ ਨੇ ਉਹ ਉਹਨਾਂ ਦੇ ਵਿੱਚ ਮਿੰਚਨਾਬਾਦ ਸ਼ਹਿਰ ਦੇ ਵੀ ਨੇ ਤੇ ਆਸੇ ਪਾਸੇ ਦੇ ਪਿੰਡਾਂ ਦੇ ਵੀ ਕਈ ਅਬੋਹਰ ਦੇ ਵੀ ਨੇ ਤੇ ਆਸੇ ਪਾਸੇ ਦੇ ਪਿੰਡਾਂ ਦੇ ਵੀ ਜੋ ਇਧਰੋਂ ਉਧਰ ਗਏ ਤੇ ਉਧਰੋਂ ਇਧਰ ਆਏ ਉਹਨਾਂ ਨੂੰ ਤਾਂ ਜਿਹੜੇ ਬਜ਼ੁਰਗ ਜਿੰਦਾ ਨੇ ਉਹਨਾਂ ਨੂੰ ਅੱਜ ਵੀ ਯਾਦ ਨੇ ਉਹੋ ਠੰਡੀਆਂ ਮਿੱਠੀਆਂ ਸ਼ਾਮਾਂ ਤੇ ਉਹੋ ਇਕੱਠੇ ਹੋ ਕੇ ਬਿਤਾਏ ਗਏ ਯਾਦਾਂ ਦੇ ਪਲ ਹੁਣ ਜਾਤ ਮਾਰਦੇ ਹਾਂ ਬਹਾਵਲਪੁਰ रियासत ਤੋਂ ਉੱਥੇ ਦੇ ਜਿਹੜੇ ਨਵਾਬ ਸਨ ਉਹਨਾਂ ਦਾ ਫਾਜ਼ਿਲਕਾ ਅਬੂਹਰ ਦੇ ਨਾਲ ਵੀ ਤਾਲੁਕਤ ਰਿਹਾ ਇਕਤਾ ਇਹ ਕਿ ਜਿੱਥੇ ਫਾਜ਼ਿਲਕਾ ਆਬਾਦ ਹੈ ਇਹ ਜਗ੍ਹਾ ਬਹਾਵਲਪੁਰ रियासत ਦੇ ਅੰਡਰ ਸੀ ਤੇ ਨਵਾਬ ਦਾ ਇੱਥੇ ਆਣਾ ਜਾਣਾ ਰਹਿੰਦਾ ਸੀ ਬਰਤਾਨੀਆ ਹਕੂਮਤ ਨੇ ਸਿੰਧ ਪ੍ਰਾਂਤ ਦੀ ਕੁਝ ਜਗ੍ਹਾ ਦਿੱਤੀ ਤੇ ਬਦਲੇ ਵਿੱਚ ਫਾਜ਼ਿਲਕਾ ਦੀ ਜਗ੍ਹਾ ਲੈ ਲਈ ਖੈਰ ਗੱਲ ਅਬੁਰਦੀ ਹੈ ਤਾਂ ਇਹ ਦੱਸ ਦਿਆਂ ਕਿ ਨਵਾਬ ਬਹਾਵਲਪੁਰ ਦਾ ਅਬੁਰ ਦੇ ਲਾਗਲੇ ਪਿੰਡਾਂ ਦੇ ਵਿੱਚ ਵੀ ਆਣਾ ਜਾਣਾ ਰਿਹਾ ਖਾਸ ਕਰਕੇ ਪਿੰਡ ਚੰਨਨ ਖੇੜਾ ਵਿੱਚ ਉੱਥੋਂ ਦੇ ਬਿੱਟੂ ਖਾਨ ਦਾ ਨਾਲ ਕਾਫੀ ਨੇੜਤਾ ਸੀ ਨਵਾਬ ਦੀ ਤੇ ਅਕਸਰ ਹੀ ਉਹ ਇੱਕ ਦੂਜੇ ਦੇ ਨਾਲ ਮਿਲਦੇ ਜੁਲਦੇ ਰਹਿੰਦੇ ਸਨ ਤੇ ਇਧਰ ਮਿੰਚਨਾਬਾਦ ਇਹ ਤਾਂ ਵੈਸੇ ਹੀ ਬਹਾਵਲਪੁਰ रियासत ਦਾ ਹਿੱਸਾ ਸੀ ਪਾਰਟੀਸ਼ਨ ਤੋਂ ਪਹਿਲਾਂ ਟ੍ਰੇਨ ਫਾਜ਼ਿਲਕਾ ਤੋਂ ਕਰਾਚੀ ਤੱਕ ਚੱਲਦੀ ਸੀ ਤੇ ਅਬੌਰ ਤੋਂ ਵੀ ਟ੍ਰੇਨ ਚੱਲਦੀ ਸੀ ਪਾਕਿਸਤਾਨ ਵੱਲ ਤਕਸੀਮ ਤੋਂ ਬਾਅਦ ਬੰਦ ਹੋ ਗੀਆਂ ਇਹ ਰੇਲ ਗੱਡੀਆਂ ਕਿਹਾ ਕਿ ਅਬੌਰ ਦਾ ਜਿਹੜੇ ਰੇਲਵੇ ਸਟੇਸ਼ਨ ਹੈ 1892 ਦੇ ਅੰਤ ਵਿੱਚ ਸ਼ੁਰੂ ਹੋਇਆ ਸੀ ਤੇ ਮਿੰਚਨਾਬਾਦ ਮਿੰਚਨਾਬਾਦ ਦਾ ਰੇਲਵੇ ਸਟੇਸ਼ਨ 1896 ਨੂੰ ਬਣਿਆ ਟ੍ਰੇਨ ਚੱਲੀ ਬਹਾਵਲਪੁਰ ਬਠਿੰਡਾ ਦਿੱਲੀ ਰੇਲ ਲਾਈਨ ਵਾਇਆ ਕਿਹੜਾ ਸੀਗਾ ਵਾਇਆ ਸੀਗਾ ਅਬਹੁਰ ਤੋਂ ਹਿੰਦੂ ਮਲਕੋਟ ਬਿਲਕੁਲ ਬਾਰਡਰ ਤੇ ਆ ਹਿੰਦੂ ਮਲਕੋਟ ਮੰਡਿਕ ਸਾਦਿਕ ਗੰਜ ਵਗੈਰਾ ਮੰਡੀ ਸਾਦਿਕ ਗੰਜ ਚ ਰੇਲਵੇ ਸਟੇਸ਼ਨ ਜਿਹੜਾ ਉਹ ਪਹਿਲਾ ਜੰਕਸ਼ਨ ਸੀ ਹੁਣ ਵੀ ਹੈਗਾ ਤੇ ਇੱਥੋਂ ਟਰੈਕ ਜੁੜਦਾ ਸੀ ਮਿੰਚਨਾਬਾਦ ਦੇ ਨਾਲ ਖੁਸ਼ਹਾਲੀ ਦੀ ਰਾਹ ਸੀ ਇਹ ਪਰ ਹੋਇਆ ਕੀ ਕਿ ਦੇਸ਼ ਤਕਸੀਮ ਹੋ ਗਿਆ। ویران ہو گئے ਸਰਹੱਦ ਦੇ ਨਾਲ ਲੱਗਦੇ ਰੇਲਵੇ ਸਟੇਸ਼ਨ। ਹਿੰਦੂ ਮਲਕੋਟਵੀ ਤੇ ਮਿੰਚਨਾਬਾਦ ਰੇਲਵੇ ਸਟੇਸ਼ਨ ਵੀ। ਹਾਲਾਂਕਿ ਮਿੰਚਨਾਬਾਦ ਰੇਲਵੇ ਸਟੇਸ਼ਨ ਪਾਰਟਿਸ਼ਨ ਤੋਂ ਬਾਅਦ ਵੀ ਕੁਝ ਸਮੇਂ ਤੱਕ ਆਬਾਦ ਰਿਹਾ। ਪਰ ਹੁਣ ਉਹ ਵੀ ویرਾਨ ਪਿਆ। ਉਹੀ ویرਾਨਗੀ ਛਾਈ ਹੋਈ ਹੈ ਜਿਹੜੀ ਹਿੰਦੂ ਮਲਕ ਕੋਟ ਦੇ ਰੇਲਵੇ ਸਟੇਸ਼ਨ ਤੇ ਹੁਣ ਗੱਲ ਆ ਗਈ ਨਾਗਰ ਮਹਿਲ ਦੀ ਖੂਬਸੂਰਤ ਮਹਿਲ ਹੈ ਪੁਰਾਣੇ ਵਕਤ ਦਾ ਤੇ ਅੱਜ ਦੇ ਵਕਤ ਦਾ ਵੀ ਦੂਰ ਤੱਕ ਮਸ਼ਹੂਰ ਹੈ ਉਹਦੀ ਖੂਬਸੂਰਤੀ ਉਹ ਮਹਿਲ ਜਾਂ ਹਵੇਲੀ ਜੋ ਵੀ ਕਹ ਲੀਏ ਉਹ ਤਾਂ ਹੁਣ ਪਾਕਿਸਤਾਨ ਦੇ ਸ਼ਹਿਰ ਮਿੰਚਨਾਬਾਦ ਚ ਫਿਰ ਅਬੌਰ ਦੇ ਨਾਲ ਕੀ ਲਿੰਕ ਲਿੰਕ ਹੈ ਇਹ ਵੀ ਦੱਸ ਦਿਆ ਪਰ ਇਹ ਦੱਸ ਦਿਆ ਕਿ ਇਹ ਮਹਿਲ ਜਿਹੜਾ ਨਾਗਰ ਮਹਿਲ ਇਹ 1930 ਦੇ ਦਹਾਕੇ ਚ ਬਣਿਆ ਸੀ ਉਹ ਮਹਿਲ ਜਿਸ ਖਾਨਦਾਨ ਕੋਲ ਹੈ ਉਹ ਅਬੌਰ ਤਾਂ ਗੈਸ ਗਈ ਪਾਰਟੀਸ਼ਨ ਵਕਤ ਤੇ ਜਿਨ੍ਹਾਂ ਨੇ ਮਹਿਲ ਬਣਵਾਇਆ ਸੀ ਉਹ ਅਬੋਹਰ ਆ ਕੇ ਆਬਾਦ ਹੋਏ ਸਨ ਮਹਿਲ ਬਣਵਾਉਣ ਵਾਲੇ ਸੀਗੇ ਅਗਰਵਲ ਭਰਾ ਦੋ ਸੱਕੇ ਭਰਾ ਸੇਠ ਨਾਗਰਮਲ ਤੇ ਭਜਨ ਲਾਲ ਤਕੜਾ ਖਾਨਦਾਨ ਸੀ ਉਹ ਉਸ ਵਕਤ ਇਸ ਤਰ੍ਹਾਂ ਹੀ ਸੁਖੇਰਾ ਖਾਨਦਾਨ ਆ ਜਿਹੜਾ ਉਹ ਵੀ ਪੂਰੀ ਚੜ੍ਹਤ ਤੇ ਅਬੋਰ ਦੀ ਸੁਖੇਰਾ ਬਸਤੀ ਹੈ ਉੱਥੇ ਰਹਿੰਦਾ ਸੀ ਇਹ ਸੁਖੇਰਾ ਪਰਿਵਾਰ ਭਾਈਚਾਰਾ ਸੀ ਦੋਵਾਂ ਦਾ ਦੋਵਾਂ ਪਰਿਵਾਰਾਂ ਦੇ ਵਿੱਚ ਤੇ ਲੈਣ ਦੇਣ ਵੀ ਕੀ ਹੋਇਆ ਕਿ ਇੱਕ ਵਾਰ ਪਾਰਟੀਸ਼ਨ ਤੋਂ ਪਹਿਲਾਂ ਦੀ ਗੱਲ ਹੈ ਇਤਿਹਾਸ ਦੀ ਸੂਝ ਰੱਖਣ ਵਾਲੇ ਉਹਨਾਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹ ਆਖਦੇ ਨੇ ਕਿ ਨਾਗਰਮਲ ਅਗਰਵਾਲ ਇਹ ਤਕੜੇ ਵਪਾਰੀ ਸਨ ਤੇ ਨਾ ਚੱਲਦਾ ਸੀ ਉਹਨਾਂ ਦਾ ਪੂਰੇ ਪੰਜਾਬ ਦੇ ਵਿੱਚ ਹੋਇਆ ਕੀ ਕਿ ਉਹਨਾਂ ਦੀ ਕਿਸੇ ਕਾਰਨ ਬਹਾਵਲਪੁਰ ਦੇ ਨਵਾਬ ਦੇ ਨਾਲ ਵਿਗੜ ਗਈ ਅਣਬਣ ਹੋ ਗਈ ਅੱਗੋਂ ਵੀ ਨਵਾਬ ਸੀਗਾ ਨਾ ਟਿਕਣ ਦਿੱਤਾ ਉਹਨੇ ਤੱਕੜੇ ਵਪਾਰੀ ਸਨ ਦੋਵੇਂ ਅਗਰਵਾਲ ਪਰ ਆਵੀ ਇੱਕ ਨਵਾਬ ਤੇ ਦੂਜਾ ਵੈਰ ਕਲੀਅਰ ਹੈ ਕਿ ਤੰਗ ਹੋ ਗਏ ਉਹ ਦੋਵੇਂ ਪ੍ਰਾ ਮਹਿਲ ਤਾਂ ਨਾ ਛੱਡਿਆ ਪਰ ਇੱਕ ਠਿਕਾਣਾ ਅਬਹੁਰ ਵੀ ਬਣਾ ਲਿਆ ਆ ਗਿਆ ਅਬੁਰ ਤੇ ਇੱਥੇ ਆ ਕੇ ਆਬਾਦ ਹੋ ਗਏ ਪਰ ਪੱਕੇ ਤੌਰ ਤੇ ਨਹੀਂ ਸਿਰਫ ਸਿਰਫ ਤੋਂ ਸਿਰਫ ਨਵਾਬ ਦੇ ਵੈਰ ਕਰ ਦੇਸ਼ ਤਕਸੀਮ ਤੋਂ ਕੁਝ ਸਮਾਂ ਪਹਿਲਾਂ ਜਦੋਂ ਮੀਆਂ ਬਾਗ ਅਲੀ ਸੁਖੇਰਾ ਫਾਜ਼ਿਲਕਾ ਦੇ ਐਮਐਲਏ ਸਨ ਉਸ ਵਕਤ ਬਹੁਤ ਜ਼ਮੀਨ ਜਾਇਦਾਦ ਵੀ ਸੀ ਉਹਨਾਂ ਦੀ ਸੁਖੇਰਾ ਨਾਲ ਤਾਂ ਚੰਗੇ ਤਾਲੁਕਾ ਸੀਗੇ ਨਾ ਉਹਨਾਂ ਦੇ ਤਬਾਦਲਾ ਕਰ ਲਿਆ ਨਾਗਰ ਮਹਿਲ ਦੇ ਨਾਲ ਸੈਂਕੜੇ ਏਕੜ ਜ਼ਮੀਨ ਲੈ ਦੇ ਕੇ ਕੁਝ ਲੋਕ ਤਾਂ ਇਹ ਵੀ ਦੱਸਦੇ ਨੇ ਕਿ ਦੋਵੇਂ ਪਰਿਵਾਰਾਂ ਨੂੰ ਪਹਿਲੇ ਹੀ ਪਤਾ ਚੱਲ ਗਿਆ ਸੀ ਕਿ ਅਬੋਹਰ ਹਿੰਦੁਸਤਾਨ ਦਾ ਹਿੱਸਾ ਬਣਨਾ ਤੇ ਮਿੰਜਨਾਬਾਦ ਉਹੋ ਪਾਕਿਸਤਾਨ ਦਾ ਸਿਆਸਤ ਵਿੱਚ ਚੰਗੀ ਪੈਂਟ ਸੀ ਨਾ ਦੋਵੇਂ ਪਰਿਵਾਰਾਂ ਦੀ ਫਿਰ ਕੀ ਹੋਇਆ ਸੌਂਪ ਦਿੱਤੀਆਂ ਮਹਿਲ ਦੀਆਂ ਚਾਬੀਆਂ ਸੁਖੇਰਾ ਖਾਨਦਾਨ ਨੂੰ ਦੇਸ਼ ਤਕਸੀਮ ਹੋ ਗਿਆ ਤੇ ਸੁਖੇਰਾ ਖਾਨਦਾਨ ਨੂੰ ਛੱਡਣਾ ਪਿਆ ਚੜਦਾ ਪੰਜਾਬ ਤੇ ਫਿਰ ਫਿਰ ਆਬਾਦ ਹੋ ਗਏ ਲੈਂਦੇ ਪੰਜਾਬ ਦੇ ਸ਼ਹਿਰ ਮੈਂਚਨਾਬਾਦ